majority senators are using our item withdrawal candidates at the moment. But also, what we learn in Nagpur University are withdrawal candidates. ਜਿੱਦਾਂ ਕਿ ਤੁਸੀਂ ਦੋਸਤੋ ਦੇਖ ਹੀ ਰਹੇ ਹੋ ਕਿ ਅਸੀਂ ਐਡਮ ਬਲੌਕ ਦੇ ਸਾਹਮਣੇ ਖਲੋਤੇ ਹਾਂ ਅਤੇ ਜਿੱਥੇ ਸਾਰੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਆ, ਆਈਏ ਉਹਨਾਂ ਦੇ ਰੂਬਰੂ ਹੁੰਦੇ ਹਾਂ। ਬਸ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿਉਂਕਿ ਇੱਥੇ ਆਉਣ ਤੋਂ ਬਾਅਦ ਹੀ ਮਤਲਬ ਪਤਾ ਲੱਗਦਾ ਕਿ ਗੱਲ ਕੀ ਹੈਗੀ ਹੈ। ਬਹੁਤ ਸਾਰੇ ਇਹੋ ਜਿਹੇ ਮੌਕੇ ਆਏ ਕਿ ਜਦੋਂ ਇਸ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਹੀ ਕੁਝ ਸਾਥੀਆਂ ਦੇ ਦੁਆਰਾ। ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਕਈ ਵਾਰ ਮੌਕੇ ਆਏ, ਸਾਡੇ ਨੇ ਝੂਠੇ ਕੇਸ ਪਏ, ਫੀਸ ਦੇ ਵਿੱਚ ਵਾਧਾ, ਮਾਫ਼ੀ ਮੰਗ ਕਰ ਰਹੇ ਸੀ ਝੂਠੇ ਕੇਸ ਪਏ, ਤੇ ਸਾਨੂੰ ਕਹਿੰਦੇ ਕਿ ਅਪੋਲੋਜੀ ਮਿਲ ਗਈ, ਚਲੋ ਆਪਾਂ ਪ੍ਰੋਟੈਸਟ ਖਤਮ ਕਰ ਦਿੰਦੇ ਹਾਂ। ਤੇਰੇ ਅੱਜ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਕੰਮ ਰੁਕ ਜਾਣਗੇ, ਅਸੀਂ ਤੇਰਾ ਕੋਈ ਕੰਮ ਨਹੀਂ ਹੋਣ ਦੇਣਾ, ਬਾਹਰ ਅੱਗੇ ਨਾ ਲੱਗ। ਪਰ ਮੈਂ ਕਿਹਾ ਤੁਹਾਡੇ ਤੋਂ ਕੰਮ ਮੈਂ ਹੱਥ ਜੋੜ ਕੇ ਕਰਾਉਣੇ ਵੀ ਨਹੀਂ, ਮੈਂ ਆਪਦੇ ਸਾਥੀਆਂ ਦੀ ਤਾਕਤ ਦੇ ਨਾਲ ਅਸੀਂ ਰਲ ਕੇ ਕੰਮ ਕਰਵਾਵਾਂਗੇ, ਹੱਥ ਜੋੜ ਕੇ ਭੀਖ ਨਹੀਂ ਲੈਂਦੇ ਸਾਡੇ ਤੋਂ। ਤੀਜਾ ਮੌਕਾ ਆ, ਕਹਿੰਦੇ ਜੀ ਕੰਪਰੋਮਾਈਜ਼ ਕਰ ਲਓ ਫੀਸਾਂ ਦੇ ਵਿੱਚ ਜੋ ਵਾਧਾ ਹੈ। ਸਾਡੇ ਹੀ ਕੁਝ ਸਾਥੀਆਂ ਨੇ ਪ੍ਰਪੋਜ਼ਲ ਦਿੱਤੀ ਕਿ 5% ਕਰ ਲੈਂਦੇ ਹਾਂ, ਚਲੋ 6% ਕਰ ਲੈਂਦੇ ਹਾਂ, 8 ਕਰ ਲੈਂਦੇ ਹਾਂ। ਛਾਤੀ ਠੋਕ ਕੇ ਆਖਿਆ ਸੀ ਕੱਲ 100% ਰੋਡਬੈਕ ਹੋਊਗਾ, ਉਸ ਤੋਂ ਬਿਨਾਂ ਕੁਛ ਨਹੀਂ ਹੁੰਦਾ। ਦੋਸਤੋ, ਇਹ ਹੱਚ ਮੱਚ ਦੇ ਵਿੱਚ
ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਇਹ ਮੈਨੂੰ ਵੀ ਸਿੱਖਣ ਨੂੰ ਮਿਲਦੀਆਂ, ਸਾਡੇ ਸਾਰੇ ਸਾਥੀਆਂ ਨੂੰ ਸਿੱਖਣ ਨੂੰ ਮਿਲਦੀਆਂ। Thank you.